ਬੱਦੀ ਪਰਫਿਊਮ ਫੈਕਟਰੀ ਅਗਨੀਕਾਂਡ ਮਾਮਲੇ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਕੰਪਨੀ ਦੇ ਦੋ ਮਾਲਕ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਫੈਕਟਰੀ ਦੇ ਤਿੰਨਾਂ ਮਾਲਕਾਂ ਨੂੰ ਫੜਨ ਦੇ ਲਈ SIT ਦੁਆਰਾ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਹਾਲੇ ਤੱਕ ਕਿਸੇ ਵੀ ਮਾਲਕ ਦੀ ਜਿਹੜੀ ਹੈ ਗ੍ਰਿਫਤਾਰੀ ਨਹੀਂ ਹੋ ਸਕੀ, ਕਿਉਂਕਿ ਜਿਸ ਹਿਸਾਬ ਦੇ ਨਾਲ ਬੀਤੇ ਦਿਨੀ ਬੱਦੀ ਪਰਫਿਊਮ ਫੈਕਟਰੀ ਦੇ ਵਿੱਚ ਇੱਕ ਵੱਡਾ ਬਲਾਸਟ, ਵੱਡਾ ਜਿਹੜਾ ਅਗਨੀਕਾਂਡ ਦੇਖਣ ਨੂੰ ਮਿਲਿਆ, ਤਾਂ ਉਸ ਦੇ ਵਿੱਚ ਲਗਾਤਾਰ ਹੁਣ ਜਿਹੜੀ SIT ਗਠਿਤ ਕੀਤੀ ਗਈ ਸੀ ਉਹ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ। ਬਹੁਤ ਬਰੀਕੀ ਤਰੀਕੇ ਦੇ ਨਾਲ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਫੈਕਟਰੀ ਦੇ ਤਿੰਨਾਂ ਮਾਲਕਾਂ ਨੂੰ ਫੜਨ ਦੇ ਲਈ ਛਾਪੇਮਾਰੀ ਦੇ ਸਿਲਸਿਲਾ SIT ਦੁਆਰਾ ਨਿਰੰਤਰ ਵੱਧ ਨਜ਼ਰ ਆ ਰਿਹਾ। ਲੇਕਿਨ ਜੋ ਜਾਣਕਾਰੀ ਹੈ ਕਿ ਹਾਲੇ ਤੱਕ ਕਿਸੇ ਵੀ ਮਾਲਕ ਦੀ ਗ੍ਰਿਫਤਾਰੀ ਨਹੀਂ ਹੋਈ, ਲੇਕਿਨ ਗ੍ਰਿਫਤਾਰੀ ਨੂੰ ਲੈ ਕੇ ਛਾਪੇਮਾਰੀ ਦਾ ਸਿਲਸਿਲਾ ਨਿਰੰਤਰ ਵੱਧ ਹੋਇਆ ਨਜ਼ਰ ਆ ਰਿਹਾ। ਸੋ ਕੰਪਨੀ ਦੇ ਦੋ ਮਾਲਕਾਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਨੇ, ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੰਦਰ ਕਈ ਜਿਹੜੀਆਂ ਨੇ ਜਾਨਾਂ ਗਈਆਂ, ਕੀਮਤੀ ਜਾਨਾਂ ਗਈਆਂ। ਲਾਪਰਵਾਹੀ ਵੀ ਇਸ ਨੂੰ ਵੱਡੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਏਡੀ ਵੱਡੀ ਫੈਕਟਰੀ ਕਿ ਆਖਿਰ ਉਹਦੀ ਸਮੇਂ ਸਿਰ ਜਿਹੜੀ ਹੈ ਇੰਸਪੈਕਸ਼ਨ ਨਹੀਂ ਹੋ ਪਾਈ। ਇਕੱਲਾ ਕੰਪਨੀ ਜਿਹੜੇ ਮਾਲਕ ਨੇ ਉਹਨਾਂ 'ਤੇ ਨਹੀਂ, ਬਲਕਿ ਦੂਸਰੇ ਪਾਸੇ ਆਉਣ ਵਾਲੇ ਸਮੇਂ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਪ੍ਰਸ਼ਾਸਨ ਵੀ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਜੇਕਰ ਸਮੇਂ ਸਿਰ ਇੰਸਪੈਕਸ਼ਨਾਂ ਕੀਤੀਆਂ ਜਾਣ ਵੱਡੀਆਂ ਕੰਪਨੀ ਦੀਆਂ, ਤਾਂ ਉੱਥੇ ਅਜਿਹੇ ਜਿਹੜੇ ਹਾਦਸੇ ਹੋਣ ਤੋਂ ਰੁਕੇ ਜਾ ਸਕਦੇ ਨੇ, ਸਮੇਂ ਰਹਿੰਦੇ ਜਿਹੜਾ ਇਹ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ। ਸੋ ਕੰਪਨੀ ਦੇ ਦੋ ਮਾਲਕਾਂ ਖਿਲਾਫ਼ ਜੋ ਜਾਣਕਾਰੀ ਹੈ, ਤਾਜ਼ਾ ਅਪਡੇਟ ਹੈ ਕਿ ਗੈਰ ਜ਼ਮਾਨਤੀ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ। ਸੋ ਤਿੰਨਾਂ ਮਾਲਕਾਂ ਨੂੰ ਫੜਨ ਦੇ ਲਈ SIT ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲੇ ਤੱਕ ਕਿਸੇ ਵੀ ਮਾਲਕ ਦੀ ਜਿਹੜੀ ਹੈ ਗ੍ਰਿਫਤਾਰੀ ਨਹੀਂ ਹੋਈ। ਸੋ ਬੱਦੀ ਪਰਫਿਊਮ ਫੈਕਟਰੀ ਅਗਨੀਕਾਂਡ ਜਿਹੜਾ ਸਾਹਮਣੇ ਆਇਆ ਸੀ, ਉਸ ਦੇ ਨਾਲ ਜੁੜੀਆਂ ਅਪਡੇਟਸ ਪਲ ਪਲ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਦੋ ਮਾਲਕਾਂ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਨੇ। ਹਾਲਾਂਕਿ ਬੀਤੇ ਦਿਨੀ ਜਦੋਂ NDRF ਦੀਆਂ ਟੀਮਾਂ ਅੰਦਰ ਪਹੁੰਚੀਆਂ ਇਸ ਫੈਕਟਰੀ ਦੇ, ਤਾਂ ਜਿਹੜੀਆਂ ਨੇ ਕਈ ਲਾਸ਼ਾਂ ਵੀ ਜਿਹੜੀਆਂ ਬਰਾਮਦ ਕੀਤੀਆਂ ਗਈਆਂ, ਉਹਨਾਂ ਦੇ ਸੈਂਪਲ ਲੈ ਕੇ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੋ ਜਿਹੜੇ ਪੀੜਿਤ ਪਰਿਵਾਰ ਨੇ ਉਹ ਵੀ ਇਨਸਾਫ਼ ਦੀ ਗੁਹਾਰ ਲਗਾ ਰਹੇ ਨੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਅਗਨੀਕਾਂਡ ਵਾਪਰਿਆ ਤਾਂ ਕਈ ਜਿਹੜੇ ਨੇ ਅੰਦਰ ਹੀ ਰਹਿ ਗਏ, ਕਈ ਜਿਹੜੇ ਨੇ ਆਪਣੀਆਂ ਜਾਨਾਂ ਬਚਾ ਕੇ ਬਾਹਰ ਵੀ ਨਿਕਲੇ। ਲੇਕਿਨ ਹੁਣ ਦੋ ਮਾਲਕ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ।